ਹਾਂਜੀ, ਅਸੀਂ ਖੜੇ ਹਾਂ ਜੀ ਰੋਪੜ ਚੰਡੀਗੜ੍ਹ ਰੋਡ 'ਤੇ, ਅੱਜ ਅਸੀਂ ਇੱਕ ਖਾਸ ਜਗ੍ਹਾ 'ਤੇ ਜਾ ਰਹੇ ਹਾਂ। ਚਲੋ ਜੀ ਫਿਰ ਲੈ ਚੱਲਦੇ ਹਾਂ ਤੁਹਾਨੂੰ। ਅਸੀਂ ਪਹੁੰਚ ਗਏ ਹਾਂ ਪਿੰਡ ਨਾਰਕਪੁਰ ਬੜੀ, ਜੋ ਪਰਖਾਲੀ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਆ। ਜੇ ਹਿਸਟਰੀ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਰੋਪੜ ਭੱਠਾ ਸਾਹਿਬ ਪਹੁੰਚੇ ਤਾਂ ਭੱਠੇ ਦੇ ਮਾਲਕ ਉਹਨਾਂ ਨੂੰ ਆਪਣੇ ਕਿਲ੍ਹੇ ਵਿੱਚ ਲੈ ਗਿਆ ਅਤੇ ਉਹਨਾਂ ਦੀ ਸੇਵਾ ਕੀਤੀ। ਜਦੋਂ ਮੁਗਲ ਫੌਜਾਂ ਨੂੰ ਇਹ ਸੂਹ ਮਿਲੀ ਕਿ ਗੁਰੂ ਉੱਥੇ ਨੇ, ਤਾਂ ਉਹਨਾਂ ਨੇ ਘੇਰਾ ਪਾਇਆ ਅਤੇ ਤਲਾਸ਼ੀ ਲਈ। ਅਤੇ ਜਦੋਂ ਆਖਰੀ ਕਮਰੇ 'ਚ ਤਲਾਸ਼ੀ ਲੈਣ ਲੱਗੇ ਤਾਂ ਨਾਨਕਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਸ ਕਮਰੇ ਵਿੱਚ ਉਹਨਾਂ ਦੀ ਧੀ ਮੁਮਤਾਜ਼ ਅਤੇ ਜਵਾਈ ਠਹਿਰੇ ਹੋਏ ਨੇ। ਜਦੋਂ ਫੌਜਾਂ ਯਕੀਨ ਹੋ ਗਿਆ ਤਾਂ ਉਹ ਵਾਪਸ ਚਲੀਆਂ ਗਈਆਂ। ਪਰ ਕੁਝ ਇਤਿਹਾਸਕਾਰਾਂ ਦੇ ਮਤਭੇਦ ਨੇ ਕਿ ਗੁਰੂ ਜੀ ਦੀ ਜਗ੍ਹਾ 'ਤੇ ਭਾਈ ਬਚਿੱਤਰ ਸਿੰਘ ਜੀ ਸਨ। ਉਸ ਸਮਾਂ ਕੋਟਲਾ ਰਹਿਣ ਵਿੱਚੋਂ ਬੀਬੀ ਮੁਮਤਾਜ਼ ਨੇ ਇਕਾਰ ਰਹਿਣ ਦਾ ਫੈਸਲਾ ਕੀਤਾ ਅਤੇ ਉਹਨਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਾਇਆ ਅਤੇ ਇਸ ਥਾਂ 'ਤੇ ਆ ਕੇ ਤਪੱਸਿਆ ਕੀਤੀ।
ਤਪ ਅਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਉਸ ਜਗ੍ਹਾ 'ਤੇ ਜਾ ਰਹੇ ਹਾਂ ਜਿੱਥੇ ਬੀਬੀ ਮੁਮਤਾਜ਼ ਜੀ ਨੂੰ ਦਫਨਾਇਆ ਗਿਆ ਸੀ।